ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਐਦਰ ਟੀਵੀ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਆਓ ਦੇਖਦੇ ਹਾਂ 1 ਅਤੇ 2 ਮਾਰਚ ਨੂੰ ਪੰਜਾਬ ਵਿੱਚ ਮੌਸਮ ਵਿਭਾਗ ਅਨੁਸਾਰ ਕੀ ਹੈ ਮੌਸਮ ਦਾ ਹਾਲ ਅਤੇ ਮੌਸਮ ਦੀ ਜਾਣਕਾਰੀ ਕਿਹੜੇ ਇਲਾਕਿਆਂ ਵਿੱਚ ਆਪਾਂ ਨੂੰ ਹਲਕਾ ਦਰਮਿਆਨਾ ਤੇ ਭਾਰੀ ਮੀਂਹ ਹੁੰਦੇ ਸੁਭਾਵਨਾ ਹੋ ਸਕਦੀ ਹੈ ਅਤੇ ਕਦੋਂ ਹੋਵੇਗਾ ਮੌਸਮ ਸਾਫ਼ ਉਸ ਬਾਰੇ ਜਾਣਕਾਰੀ ਆਪਾਂ ਪੂਰੀ ਜ਼ਿਲ੍ਹਾ ਵਾਈ ਤ ਤੁਹਾਨੂੰ ਦਵਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਰੂਰ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਕ ਕੇ ਨਾਲ ਹੀ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਜੋ ਅਸੀਂ ਮੌਸਮ ਸੰਬੰਧੀ ਕੋਈ ਵੀ ਨਵਾਂ ਵੀਡੀਓ ਜਾਂ ਜਾਣਕਾਰੀ ਸਾਂਝੀ ਕਰਦੇ ਹਾਂ ਤਾਂ ਤੁਹਾਨੂੰ ਤੁਰੰਤ ਉਸ ਬਾਰੇ ਪਤਾ ਚੱਲ ਜਾਵੇਗਾ ਅਤੇ ਕਮੈਂਟ ਬਾਕਸ ਵਿੱਚ ਆਪਣੇ ਜ਼ਿਲ੍ਹੇ ਦਾ ਨਾਮ ਜਰੂਰ ਦਿਓ ਤਾਂ ਜੋ ਅਸੀਂ ਤੁਹਾਡੇ ਜ਼ਿਲ੍ਹੇ ਦੀ ਵੀ ਜਾਣਕਾਰੀ ਜਲਦ ਤੋਂ ਜਲਦ ਦੇ ਸਕੀਏ ਤਾਂ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜ਼ਿਲ੍ਹਾ ਵਾਈਜ਼ ਜੇ ਗੱਲ ਕਰੀ ਆਪਾਂ 1 ਮਾਰਚ ਦੇ ਮੌਸਮ ਦੀ ਆਪਾਂ ਨੂੰ ਸਵੇਰ-ਸਵੇਰ ਗੁਰਦਾਸਪੁਰ ਅਤੇ ਇਹਦੇ ਨਾਲ ਲੱਗਦੇ ਇਲਾਕਿਆਂ ਵਿੱਚ ਦਰਮਿਆਨਾ ਮੀਂਹ ਹੋਣ ਦੀ ਸੁਭਾਵਨਾ ਮੌਸਮ ਵਿਭਾਗ ਵੱਲੋਂ ਜਿਤਾਈ ਜਾ ਰਹੀ ਹੈ ਅਤੇ ਜਿਹੜੇ ਇਲਾਕਿਆਂ ਵਿੱਚ ਹਲਕਾ ਮੀਂਹ ਹੋ ਸਕਦਾ ਹੈ ਉਹ ਇਲਾਕੇ ਹਨ ਅੰਮ੍ਰਿਤਸਰ ਪੱਟੀ ਫਰੀਦਕੋਟ ਲੁਧਿਆਣਾ ਜਲੰਧਰ ਜ਼ਿਲ੍ਹੇ ਦੇ ਕੁਝ ਭਾਗ ਮਰੀਰਕੋਟ ਰਾ ਸੰਗਰੂਰ ਟਾਂਡਾ ਪਠਾਨਕੋਟ ਇੱਥੇ ਆਪਾਂ ਨੂੰ ਹਲਕਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਲਗਭਗ 10 ਤੋਂ ਲੈ ਕੇ 12 ਵਜੇ ਦੇ ਕਰੀਬ ਜਿਹੜਾ ਇਹ 2-3 ਘੰਟੇ ਦਾ ਮੌਸਮ ਹੋਏਗਾ ਇਹ ਮੋਗਾ ਫਰੀਦਕੋਟ ਸੰਗਰੂਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਆਪਾਂ ਨੂੰ ਬੂੰਦਾਬਾਨ ਦੀ ਤੋਂ ਹਲਕਾ ਮੀਂਹ ਜਿਤਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਬਾਅਦ ਦੁਪਹਿਰ ਦੀ ਗੱਲ ਕਰੀਏ ਬਾਅਦ ਦੁਪਹਿਰ ਮੌਸਮ ਥੋੜਾ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਹਾਲਾਂਕਿ ਇੱਕ ਦੋ ਥਾਵਾਂ 'ਤੇ ਹੋ ਸਕਦਾ ਹੈ ਕਿ ਹਲਕਾ ਮੀਂਹ ਪੈ ਸਕਦਾ ਹੈ ਪਰ ਬੱਦਲਬਾਹੀ ਦੇ ਨਾਲ ਮੌਸਮ ਲਗਭਗ ਸਾਫ਼ ਹੋਣਾ ਸ਼ੁਰੂ ਹੋ ਸਕਦਾ ਹੈ ਬਾਅਦ ਦੁਪਹਿਰ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਰਾਤ ਦੇ ਮੌਸਮ ਦੀ ਰਾਤ ਨੂੰ ਮੌਸਮ ਲਗਭਗ ਸਾਫ਼ ਹੋਣਾ ਸ਼ੁਰੂ ਹੋ ਸਕਦਾ ਹੈ ਤੇ ਉਸ ਤੋਂ ਬਾਅਦ 2 ਤਰੀਕ ਦੀ ਗੱਲ ਕਰੀਏ 2 ਤਰੀਕ ਨੂੰ ਆਪਾਂ ਨੂੰ ਮੌਸਮ ਖੁਸ਼ਕ ਦਿਖਾਈ ਦੇ ਸਕਦਾ ਹੈ ਤੇ ਹਲਕੀ ਬੱਦਲਾਵਾਈ ਕਈ ਸਥਾਨਾਂ ਵਿੱਚ ਰਹੇਗੀ ਅਤੇ ਹਲਕੀ ਬੱਦਲਾਵਾਈ ਦੇ ਨਾਲ ਜਿਹੜਾ ਮੌਸਮ ਪੱਛਮੀ ਜਿਹੜਾ ਪ੍ਰਭਾਵ ਸੀਗਾ ਉਸ ਤੋਂ ਰਾਹਤ ਮਿਲੇਗੀ ਤੇ ਕੋਈ ਵੀ ਆਪਾਂ ਨੂੰ ਮੀਂਹ ਦੀ ਕਾਰਵਾਈ 2 ਤਰੀਕ ਨੂੰ ਨਜ਼ਰ ਨਹੀਂ ਆ ਰਹੀ ਹਾਲਾਂਕਿ ਕੁਝ ਤੋਂ ਸਥਾਨਾਂ ਤੇ ਹੋ ਸਕਦਾ ਹੈ ਕਿ ਬੂੰਦਾਂਵੰਦੀ ਬੱਦਲ ਦੇ ਨਾਲ ਹੋ ਸਕਦੀ ਹੈ ਅਤੇ ਜਿਹਾ ਦੇ ਨਾਲ ਪੱਛਮੀ ਹਵਾਵਾਂ ਦਾ ਵੀ ਆਪਾਂ ਨੂੰ ਵਤਾਰਾ ਸ਼ੁਰੂ ਹੋ ਜਾਵੇਗਾ 2 ਤਰੀਕ ਨੂੰ ਅਤੇ ਮੌਸਮ ਵਿੱਚ 1-2 ਡਿਗਰੀ ਦਾ ਵਾਧਾ ਵੀ ਦੇਖਣ ਨੂੰ ਆਪਾਂ ਨੂੰ ਕੱਲ ਧੁੱਪ ਦੇ ਨਾਲ ਮਿਲ ਸਕਦਾ ਹੈ ਇਹ ਸੀ ਜਾਣਕਾਰੀ 1 ਅਤੇ 2 ਮਾਰਚ ਦੀ ਅਤੇ ਆਉਣ ਵਾਲੀਆਂ ਵੀਡੀਓ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ